ਸਲਾਮ ਅਲੈਕੁਮ ਜੀ। ਅੱਜ ਦੋ ਗੱਲਾਂ, ਟੀ ਵੀ ਅੱਜ ਕੱਲ੍ਹ ਘੱਟ ਦੇਖਦਾ, ਦੋ ਗੱਲਾਂ ਨੋਟ ਕੀਤੀਆਂ, ਖਬਰਾਂ ਸੁਣੀਆਂ। ਇੱਕ ਖਬਰ ਤਾਂ ਰੈਕੋਡੈਕ ਦੀ ਸੁਣੀ ਕਿ ਰੈਕੋਡੈਕ ਜਿਹੜਾ ਉਹਨੂੰ ਇਮਰਾਨ ਖਾਨ ਨਾਲ ਉਹਨਾਂ ਰਾਬਤਾ ਕੀਤਾ, ਪੁਰਾਣੀ ਕੰਪਨੀਆਂ ਵਾਲਿਆਂ ਜਿੰਨਾਂ ਪਾਕਿਸਤਾਨ ਦੇ ਖਿਲਾਫ਼ ਕੇਸ ਜਿੱਤਿਆ, ਉਹਨਾਂ ਕੇਸ ਜਿੱਤ ਕੇ ਇਹਨਾਂ ਨੂੰ ਖੁਸ਼ਖਬਰੀ ਦਿੱਤੀ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹ ਰਹੇ ਹਾਂ, ਅਤੇ ਇਮਰਾਨ ਖਾਨ ਨੇ ਉਹ ਖੁਸ਼ਖਬਰੀ ਅੱਗੇ ਕੌਮ ਨੂੰ ਦਿੱਤੀ ਹੈ। ਕਿ ਜੀ ਉਹ ਜੁਰਮਾਨਾ ਵਾਪਸ ਲੈ ਕੇ ਉਹ ਹੀ ਕੰਪਨੀ ਵਾਪਸ ਆ ਜਾਏਗੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਰੈਕੋਡੈਕ ਦੇ ਖਿਲਾਫ਼ ਫੈਸਲਾ ਕਿਹਨੇ ਦਿੱਤਾ ਸੀ? ਇਸ ਕੰਪਨੀ ਦੇ ਖਿਲਾਫ਼ ਇਫਤਖਾਰ ਚੌਧਰੀ ਦਿੱਤਾ ਸੀ, ਇਫਤਖਾਰ ਚੌਧਰੀ ਨੂੰ ਸਪੋਰਟ ਕਿਹਨੇ ਕੀਤਾ ਸੀ? ਇਮਰਾਨ ਖਾਨ ਨੇ ਅਤੇ ਨਵਾਜ਼ ਸ਼ਰੀਫ ਨੇ। ਹੁਣ ਇਹ ਥੁੱਕਿਆ ਚੱਟਣ ਦੀ ਆਦਤ ਪਾਕਿਸਤਾਨ ਦੀ ਰਿਆਸਤ ਅਤੇ ਇਹਦੇ ਸਿਆਸਤਦਾਨਾਂ ਦੀ ਕਦੋਂ ਖਤਮ ਹੋਏਗੀ? ਇਹ ਥੁੱਕ ਕੇ ਚੱਟਣਾ ਚੱਟਣ ਤੋਂ ਬਾਅਦ ਕਿਉਂ ਨਹੀਂ ਆਉਂਦੇ ਔਰ ਮੁਨਾਫਕਤ ਕਿਉਂ ਕਰਦੇ ਨੇ? ਮਤਲਬ ਜਦੋਂ ਉਹ ਐਗਰੀਮੈਂਟ ਠੀਕ ਸੀ ਅਤੇ ਉਦੋਂ ਇਮਰਾਨ ਖਾਨ ਔਰ ਇਹਦੀ ਜਮਾਤ ਜਿਹੜੇ ਯੂਥੀਏ ਨੇ, ਇਹ ਉਦੋਂ ਪ੍ਰੋਪੇਗੰਡਾ ਕਿਸ ਚੱਕਰ 'ਚ ਕਰ ਰਹੇ ਸਨ ਇਹਦੇ ਖਿਲਾਫ਼? ਜੇ ਉਹ ਦਰੁਸਤ ਸੀ ਤਾਂ ਹੁਣ ਇਹ ਖੁਸ਼ਖਬਰੀਆਂ ਕਿਉਂ ਦੇ ਰਿਹਾ ਕਿ ਜੀ ਉਹੀ ਕੰਪਨੀ ਵਾਪਸ ਆ ਜਾਏਗੀ? ਮਤਲਬ ਇਹਨਾਂ ਨੂੰ 72 ਸਾਲਾਂ 'ਚ ਇਸ ਰਿਆਸਤ 'ਚ ਕਿਸੇ ਨੂੰ ਇਹ ਸ਼ਊਰ ਨਹੀਂ ਆਇਆ ਕਿ ਅਸੀਂ ਪਹਿਲਾ ਕਦਮ ਹੀ ਗਲਤ ਨਾ ਚੁੱਕੀਏ, ਸੋਚ ਸਮਝ ਕੇ ਮੂੰਹ ਖੋਲੀਏ। ਮਤਲਬ ਮੂੰਹ ਦਾ ਗਟਰ ਖੋਲ ਲੈਂਦੇ ਨੇ ਔਰ ਉਹ ਗਲਤ ਫੈਸਲੇ ਕਰ ਲੈਂਦੇ ਨੇ ਔਰ ਬਾਅਦ 'ਚ ਉਹ ਆਪਣੇ ਹੀ ਗਲਤ ਕੀਤੇ ਫੈਸਲਿਆਂ ਨੂੰ ਸੁਧਾਰ ਕੇ ਕਹਿੰਦੇ ਨੇ ਕਿ ਜੀ ਦੇਖੋ ਜੀ ਅਸੀਂ ਆਹ ਕੰਮ ਕਰ ਲਿਆ। ਉਹ ਭਾਈ ਤੁਸੀਂ ਕੀ ਕੰਮ ਕਰ ਲਿਆ? ਤੁਸੀਂ ਤਾਂ ਖਰਾਬ ਕੀਤਾ ਸੀ, ਹੁਣ ਤੁਸੀਂ ਉਹਨੂੰ ਠੀਕ ਕਰਨ ਤੁਰ ਪਏ ਹੋ। ਉਦੋਂ ਇਫਤਖਾਰ ਚੌਧਰੀ ਜਦੋਂ ਇਹ ਫੈਸਲੇ ਦੇ ਰਿਹਾ ਸੀ ਉਦੋਂ ਤੁਸੀਂ ਨਹੀਂ ਬੋਲੇ ਕਿ ਇਹ ਨੁਕਸਾਨ ਹੋ ਰਿਹਾ ਪਾਕਿਸਤਾਨ ਨੂੰ ਔਰ ਇਹ ਜਿਹੜੇ ਨੰਬਰ 1 ਨੇ ਮੁੱਬੇ ਵਤਨ ਵਾਲੇ, ਇਹਨਾਂ ਤੋਂ ਵੱਧ ਪਾਕਿਸਤਾਨ ਦਾ ਦੁਸ਼ਮਣ ਕੋਈ ਨਹੀਂ। ਇਹ ਜਿਹੜੇ ਸਰਟੀਫਿਕੇਟ ਬਣਦੇ ਨੇ ਨਾ, ਉਹ ਨਵਾਜ਼ ਸ਼ਰੀਫ ਦੀ ਹੋਰ ਕਿਸੇ ਗੱਲ ਨੂੰ ਮੈਂ ਦਰੁਸਤ ਮੰਨਾਂ ਨਾ ਮੰਨਾਂ, ਲੇਕਿਨ ਇਹ ਗੱਲ ਉਹਦੀ ਦਰੁਸਤ ਹੈ, ਇਹ ਉਹਦਾ ਨੈਰੇਟਿਵ ਦਰੁਸਤ ਹੈ ਕਿ ਪਾਕਿਸਤਾਨ ਨੂੰ ਕੁਝ ਤਾਕਤਾਂ ਤਰੱਕੀ ਕਰਦਾ ਨਹੀਂ ਵੇਖਣਾ ਚਾਹੁੰਦੀਆਂ ਔਰ ਉਹ ਤਾਕਤਾਂ ਬੁਨਿਆਦੀ ਤੌਰ 'ਤੇ ਮੁਲਕ ਦੇ ਅੰਦਰ ਹੀ ਨੇ ਔਰ ਉਹ ਉਹੀ ਤਾਕਤਾਂ ਨੇ ਜਿਹੜੀਆਂ ਹਰ ਕਿਸੇ ਨੂੰ, ਤੁਹਾਨੂੰ, ਮੈਨੂੰ, ਤੀਜੇ ਚੌਥੇ ਜਮਹੂਰੀਅਤ ਪਸੰਦ ਨੂੰ ਗੱਦਾਰੇ ਵਤਨ ਕਰਾਰ ਦਿੰਦੀਆਂ ਨੇ। ਇਹਨਾਂ ਤੋਂ ਵੱਧ ਮੁਲਕ ਦੁਸ਼ਮਣ ਕੋਈ ਨਹੀਂ ਹੈ। ਇਹ ਅੱਜ ਕਿਸ ਮੂੰਹ ਨਾਲ ਵਾਪਸ ਜਾਣਗੇ, ਕਿਸ ਮੂੰਹ ਨਾਲ ਉਹ ਐਗਰੀਮੈਂਟ ਬਹਾਲ ਕਰਾਉਣਗੇ ਉਸੇ ਕੰਪਨੀ ਨਾਲ, ਇਹ ਸਾਰੀਆਂ ਸੋਚਣ ਵਾਲੀਆਂ ਗੱਲਾਂ ਨੇ ਕੌਮ ਦੀਆਂ ਔਰ ਕੌਮ ਵੀ ਜਿਹੜੀ ਦੌਲੇ ਸ਼ਾਹ ਦੇ ਚੂਹਿਆਂ ਤੋਂ ਬਦਲ ਕੇ ਇਨਸਾਨਾਂ ਦਾ ਰੂਪ ਧਾਰੇ ਪਾਕਿਸਤਾਨ ਦੀ ਕੌਮ, ਇਹ ਬੜੀ ਹੋ ਗਈ ਹੈ ਕਿ ਤੁਹਾਨੂੰ ਮੀਡੀਆ ਦੇ ਜ਼ਰੀਏ ਗਲਤ ਖਬਰ ਦਿੱਤੀ ਜਾਂਦੀ ਹੈ ਔਰ ਮੀਡੀਆ ਕੰਟਰੋਲ ਕੀਤਾ ਜਾਂਦਾ ਔਰ ਫਿਰ ਤੁਸੀਂ ਉਹਨੂੰ ਸਾਰੇ ਨੂੰ ਉਸ ਝੂਠ ਨੂੰ ਮੰਨ ਕੇ ਅਤੇ ਗੱਦਾਰ ਗੱਦਾਰ ਦਾ ਰੌਲਾ ਪਾ ਦਿੰਦੇ ਹੋ, ਲੇਕਿਨ ਬਾਅਦ 'ਚ ਪਤਾ ਲੱਗਦਾ ਕਿ ਉਹ ਸਾਰਾ ਕੁਛ ਹੀ ਗਲਤ ਸੀ। ਅਤੇ ਦੂਜੀ ਜਿਹੜੀ ਖਬਰ ਇਸੇ ਤਰ੍ਹਾਂ ਦੀ ਉਹ ਇਹ ਸੀ ਕਿ ਜੀ ਉਹ ਇਹ ਸੀ ਕਿ ਮੌਲਾਨਾ ਨੂੰ ਕਿਹਾ ਗਿਆ ਕਿ ਅਗਰ ਤੁਸੀਂ ਅਮਨੋ ਅਮਾਨ ਦੇ ਨਾਲ ਮੁਜ਼ਾਹਰਾ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਇਜਾਜ਼ਤ ਦਿੱਤੀ ਜਾ ਸਕਦੀ ਪੁਰਅਮਨ ਮੁਜ਼ਾਹਰੇ ਨਾਲ। ਹੁਣ ਇਹਨੂੰ ਸ਼ਰਮ ਨਹੀਂ ਆਉਂਦੀ ਇਮਰਾਨ ਖਾਨ ਨੂੰ ਔਰ ਇਹਦੇ ਹਵਾਰੀਆਂ ਨੂੰ ਕਿ ਇਹ ਉਹੀ ਜਮਾਤਾਂ ਨੇ, ਇਹ ਉਹੀ ਲੋਕ ਨੇ ਜਿਹੜੇ ਸੁਪਰੀਮ ਕੋਰਟ ਦੀਆਂ ਕੰਧਾਂ 'ਤੇ ਸੁਥਨਾ ਟੰਗ ਗਏ ਸਨ, ਜਿਨ੍ਹਾਂ ਪੀ ਟੀ ਵੀ 'ਤੇ ਹੱਲਾ ਬੋਲਿਆ ਸੀ ਉਦੋਂ ਔਰ 3 ਮਹੀਨੇ ਪੂਰੇ ਇਹਨਾਂ ਇਸਲਾਮਾਬਾਦ ਧਰਨਾ ਦਿੱਤਾ। ਹੁਣ ਇਹਨਾਂ ਨੂੰ ਤਕਲੀਫ਼ ਹੁੰਦੀ ਕਿ ਜੀ ਉੱਥੇ ਕੋਈ ਆ ਕੇ ਇਤਜਾਜ ਕਿਉਂ ਕਰੇ? ਉਦੋਂ ਹੀ ਕਹਿੰਦੇ ਸੀ ਜੀ ਇਤਜਾਜ ਸਾਡਾ ਜਮਹੂਰੀ ਆ ਕੇ। ਹੁਣ ਇਹ ਤਾਂ ਵਫਾਕ ਦੇ ਲੈਵਲ ਦੀ ਗੱਲ ਹੈ। ਮੌਲਾਨਾ ਵੀ ਜ਼ਾਹਿਰ ਮੌਲਵੀ ਨੇ, ਮੌਲਵੀ ਤਬਕਾ ਇੱਥੇ ਬਦਮਾਸ਼ ਹੀ ਹੈ ਪਾਕਿਸਤਾਨ 'ਚ, ਇਹਨਾਂ ਤੋਂ ਵੱਧ ਬਦਮਾਸ਼ ਕੋਈ ਨਹੀਂ ਅਤੇ ਉਹ ਆਪਣੀ ਮਨਵਾਈ ਲੈਂਦੇ ਨੇ ਅੱਧੀ ਬਚੱਧੀ। ਮੈਂ ਆਪਣੀ ਦੱਸਾਂ, ਅਸੀਂ ਮਾਂ ਬੋਲੀ ਦਾ ਮੁਜ਼ਾਹਰਾ ਕਰਨ ਵਾਸਤੇ 4 ਜਣੇ ਨਿਕਲੇ ਅਤੇ ਸਾਨੂੰ ਪੰਜਾਬ ਅਸੈਂਬਲੀ ਤੀਕਰ ਨਹੀਂ ਜਾਣ ਦਿੱਤਾ ਪੁਲਿਸ ਨੇ, ਹਾਲਾਂਕਿ ਅਸੀਂ ਬਹੁਤ ਹੀ ਪੁਰਅਮਨ ਲੋਕ ਸਾਂ, ਸਾਰੇ ਪੜ੍ਹੇ ਲਿਖੇ ਔਰ ਏਜਡ ਲੋਕ। ਕੋਈ ਵੀ ਇਸ ਤਰ੍ਹਾਂ ਦਾ ਪਥਰਾਓ ਕਰਨ ਵਾਲਾ ਜਾਂ ਸ਼ਰਾਰਤ ਕਰਨ ਵਾਲਾ ਇੱਕ ਬੰਦਾ ਵੀ ਉਹਦੇ 'ਚ ਸ਼ਾਮਿਲ ਨਹੀਂ ਸੀ ਅਤੇ ਸਾਨੂੰ ਪੰਜਾਬ ਪੁਲਿਸ ਨੇ ਹੀ ਅੱਗੇ ਨਹੀਂ ਜਾਣ ਦਿੱਤਾ। ਅਤੇ ਇਸ ਤੁਸੀਂ ਦੇਖੋ, ਅਸਲ ਜਿਹੜੇ ਮੁੱਦੇ ਨੇ, ਅਸਲ ਜਿਹੜੇ ਸਾਮਰਾਜੀਅਤ ਦੇ ਮੁੱਦੇ ਨੇ, ਅਸਲ ਜਿਹੜੇ ਸਾਡੇ 72 ਸਾਲ ਤੋਂ ਆਜ਼ਾਦੀ ਨਾ ਹਾਸਲ ਕਰ ਪਾਉਣ ਦੇ ਮੁੱਦੇ ਨੇ, ਉਹਨਾਂ ਦੇ ਉੱਤੇ ਤੁਹਾਨੂੰ ਪੰਜਾਬ ਪੁਲਿਸ ਹੀ ਅਗਾਂਹ ਨਹੀਂ ਵਧਣ ਦਿੰਦੀ।
ਫੌਜ ਦਾ ਆਉਣਾ ਜਾਂ ਕਿਸੇ ਹੋਰ ਦਾ ਰੋਕਣਾ ਤਾਂ ਤੁਹਾਨੂੰ ਵਫਾਕੀ ਹਕੂਮਤ ਬੜੀ ਦੂਰ ਦੀ ਗੱਲ ਹੈ। ਅਸੀਂ ਮਾਂ ਬੋਲੀ ਦੇ ਆਪਣੇ ਇੱਕ ਡੈਮੋਕਰੈਟਿਕ ਰਾਈਟ ਵਾਸਤੇ, ਇੱਕ ਇਨਸਾਨੀ ਹੱਕ ਵਾਸਤੇ ਉੱਥੇ ਗਏ ਜਾਣਾ ਚਾਹ ਰਹੇ ਸਾਂ, ਇਤਜਾਜ ਇੱਕ ਪੁਰਅਮਨ ਇਤਜਾਜ ਕਰਨਾ ਚਾਹ ਰਹੇ ਸਾਂ, ਸਾਨੂੰ ਉਹਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਅਤੇ ਇਹ ਦੋ ਗੱਲਾਂ ਸੀ ਜੀ ਵੀਰ, ਰੱਬ ਰਾਖਾ, ਜਿਉਂਦੇ ਰਹੋ, ਵੱਸਦੇ ਰਹੋ ਅਤੇ ਖੁਸ਼ ਰਹੋ।